ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਕਮਾਂ ਅਨੁਸਾਰ ਹਰ ਬੱਸ ਦੇ ਡਰਾਈਵਰ ਦਾ ਤਜਰਬਾ 10 ਸਾਲ ਦਾ ਹੋਣਾ ਜ਼ਰੂਰੀ, ਬੱਸ ਵਿੱਚ ਹੈਲਪਰ ਲਾਜ਼ਮੀ, ਡਰਾਈਵਰ ਦੇ ਵਰਦੀ ਬੈਲਟ ਲੱਗੀ ਹੋਣੀ ਜ਼ਰੂਰੀ, ਬੱਸ ਦੇ ਰੂਟਾਂ ਦਾ ਬੋਰਡ ਲੱਗਿਆ ਹੋਣਾ ਜ਼ਰੂਰੀ, ਬੱਸ ਵਿੱਚ ਮੈਡੀਕਲ ਕਿੱਟ, ਅੱਗ ਬੁਝਾਊ ਯੰਤਰ, ਓਵਰਲੋਡ ਬੱਚੇ ਸਵਾਰ ਨਹੀਂ ਹੋਣੇ ਚਾਹੀਦੇ ਅਤੇ ਬੱਸਾਂ ਵਿੱਚ ਕੈਮਰੇ ਲੱਗੇ ਹੋਣੇ ਜ਼ਰੂਰੀ ਹਨ। ਪਰ ਕਈ ਸਕੂਲਾਂ ਅਤੇ ਕਾਲਜਾਂ ਵੱਲੋਂ ਅੱਜ ਵੀ ਹੁਕਮ ਅਣਜਾਣਿਆ ਕੀਤਾ ਜਾ ਰਿਹਾ ਹੈ ਅਤੇ ਪੈਸੇ ਬਚਾਉਣ ਖਾਤਰ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਮਿਸਾਲ ਮੋਰਿੰਡਾ ਸ਼ਹਿਰ ਰੋਡ ਤੇ ASI ਹਰਸ਼ਪਾਲ ਦੀ ਪੁਲਿਸ ਟੀਮ ਵੱਲੋਂ ਲਾਏ ਨਾਕੇ ਤੇ ਦੇਖਣ ਨੂੰ ਮਿਲੀ। ਇਸ ਮੌਕੇ ਪ੍ਰਾਈਵੇਟ ਸਕੂਲ ਕਾਲਜਾਂ ਦੀਆਂ ਬੱਸਾਂ ਸਮੇਤ ਹੋਰ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਸਕੂਲ ਕਾਲਜਾਂ ਦੀਆਂ ਬੱਸਾਂ ਦੇ ਡਰਾਈਵਰ ਬਿਨਾਂ ਵਰਦੀ, ਬਿਨਾਂ ਕਾਗਜ਼ ਪੱਤਰ ਅਤੇ ਬਿਨਾਂ ਹੈਲਪਰ, ਅੱਗ ਬੁਝਾਊ ਯੰਤਰ ਦੀ ਵੀ ਤਰੀਕ ਲੰਘੀ ਹੋਈ ਬੱਸਾਂ ਨੂੰ ਲੈ ਕੇ ਸੜਕ ਤੇ ਦੌੜਾ ਰਹੇ ਹਨ। ਇਸ ਮੌਕੇ ASI ਹਰਸ਼ਪਾਲ ਨੇ ਕਿਹਾ ਕਿ ਅੱਜ ਅਨੇਕਾਂ ਸਕੂਲਾਂ ਅਤੇ ਕਾਲਜਾਂ ਦੀਆਂ ਬੱਸਾਂ ਸਮੇਤ ਹੋਰ ਵਾਹਨਾਂ ਦੇ ਚਲਾਨ ਵੀ ਕੀਤੇ ਗਏ ਹਨ। ਜਲਦ ਹੀ ਵੱਡੀ ਪੱਧਰ ਤੇ ਸਕੂਲਾਂ ਅਤੇ ਕਾਲਜਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਾਵੇਗੀ। ਜਿਨ੍ਹਾਂ ਸਕੂਲਾਂ ਕਾਲਜਾਂ ਦੀਆਂ ਬੱਸਾਂ ਵਿੱਚ ਖਾਮੀਆਂ ਪਾਈਆਂ ਗਈਆਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹਾਈਵੇ ਰੇਂਜ ਰੂਪਨਗਰ, ਰੂਪਨਗਰ ਰੇਂਜ ਰੂਪਨਗਰ, ਮਾਨਯੋਗ IG ਸਾਹਿਬ ਰੇਂਜ ਰੋਪੜ ਦੇ ਹੁਕਮਾਂ ਮੁਤਾਬਕ ਅਸੀਂ ਇਹ ਜਿਹੜੀ ਚੈਕਿੰਗ ਕਰ ਰਹੇ ਹਾਂ ਅਤੇ ਚੈਕਿੰਗ ਦੌਰਾਨ ਅਸੀਂ ਜਿਹੜੀਆਂ ਸਕੂਲ ਬੱਸਾਂ ਚੈੱਕ ਕੀਤੀਆਂ ਉਹਨਾਂ ਦੇ ਜੋ ਵੀ ਡਾਕੂਮੈਂਟ ਅਧੂਰੇ ਪਾਏ ਗਏ ਉਹਨਾਂ ਦੇ ਅਸੀਂ ਚਲਾਨ ਕੀਤੇ ਅਤੇ ਬਾਕੀ ਅਸੀਂ ਹੋਰ ਵੀ ਵਹੀਕਲ ਚੈੱਕ ਕੀਤੇ ਹੈ ਜਿਨ੍ਹਾਂ ਦੇ ਚਲਾਨ ਕੀਤੇ ਗਏ। ਵਹੀਕਲ ਇੱਦਾਂ ਦੇ ਸੀ ਜਿਹੜੇ ਸਕੂਲ ਬੱਸਾਂ 'ਚ ਜਿਸ ਤਰ੍ਹਾਂ ਬੱਚੀਆਂ ਸੀ ਉਹਨਾਂ ਦੇ ਵਿੱਚ ਲੇਡੀਜ਼ ਅਟੈਂਡੈਂਸ ਨਹੀਂ ਸੀ, ਉਹਨਾਂ ਨੂੰ ਕਿਹਾ ਵੀ ਇਹ ਜ਼ਰੂਰੀ ਹੈ ਅਤੇ ਬਾਕੀ ਜੋ ਵੀ ਸਕੂਲ ਬੱਸਾਂ ਦੇ ਵਿੱਚ ਖਾਮੀਆਂ ਪਾਈਆਂ ਗਈਆਂ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ, ਡਾਕੂਮੈਂਟਸ ਅਤੇ ਅਟੈਂਡੈਂਸ ਵਗੈਰਾ ਸਾਰਾ ਪੂਰਾ ਰੱਖਣਗੇ। ਫਤਿਹਗੜ੍ਹ ਮੋਰਿੰਡਾ ਤੋਂ ਪੰਜਾਬੀ ਸਰਗਰਮੀਆਂ ਲਈ ਮਨਜੀਤ ਸਿੰਘ ਸੋਹੀ ਦੀ ਰਿਪੋਰਟ।